Singh Sidhu, Secretary General, GIS Institute of Information Technology India, जो कि यूनाइटेड नेशन के नाल संबंधित है, वालों मैं सारे देशवासियों खास करके पंजाबियों दिवाली के शुभ अवसर के उपर विशेष बधाई देना हाँ, ता जो कि अपनी दिवाली जो भी गुरु हरगोबिंद साहब के बंदी सोट के तौर के उपर मनाई जाती है उसमें श्रद्धापूर्वक मना। इस ही मैं जो साड़ी संस्था है उसके कामों के बुझा है, ह्यूमन राइट्स आ गया, तो क्लाइमेट चेंज आ गया, वाटर शॉर्टेज आ गया, या होर कई अजिहियां प्रो पुअर कम्यूनिटी के लिए जो भी योजनावां साड़ी हिंदुस्तान की गवर्नमेंट चला रही है उन्होंने असीं पहुँचाउण दा पूरा पूरा यतन कर रहे हैं। एजुकेशन नूं भी अगे चकण दे लई जो साड़ियां सेवावां हन ਉਹ ਅਸੀਂ ਆਪਣੀਆਂ ਨਾਲ ਨਾਲ ਹੀ ਦੇ ਰਹੇ ਹਾਂ। ਮੈਂ ਜੁਗਿੰਦਰ ਸੰਧੂ, NRI ਫਰਾਂਸ, ਸਮੂਹ ਪੰਜਾਬੀ ਭਾਈਚਾਰੇ ਨੂੰ ਇਸ ਸ਼ੁਭ ਦੀਵਾਲੀ 'ਤੇ ਬਹੁਤ ਬਹੁਤ ਮੁਬਾਰਕ ਦੇ ਰਹੀ ਹਾਂ। ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੇ ਸਮੂਹ ਪੰਜਾਬੀ ਭਾਈਚਾਰੇ ਨੂੰ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ। ਮੇਰਾ ਪਰਿਵਾਰ ਜੋ ਕਿ ਪ੍ਰਦੇਸ਼ਾਂ 'ਚ ਵੱਸਦਾ ਹੈ ਉਹਨਾਂ ਨੂੰ ਵੀ ਦੀਵਾਲੀ ਦੇ ਸ਼ੁਭ ਮੌਕੇ 'ਤੇ ਬਹੁਤ ਬਹੁਤ ਮੁਬਾਰਕਾਂ। ਪੰਜਾਬੀਆਂ ਨੂੰ ਦਿਵਾਲੀ ਦੀਆਂ ਬਹੁਤ ਮੁਬਾਰਕਾਂ ਵਧਾਈਆਂ ਸਭ ਨੂੰ। ਪਰਮਾਤਮਾ ਸਾਹਿਬ ਦਾ ਦਿਵਾਲੀ ਬਹੁਤ ਖੁਸ਼ੀਆਂ ਭਰੀ ਜਾਂਦੇ ਔਰ ਹਰੇਕ ਸਾਲ ਉਮੀਦ ਕਰਦੇ ਕਿ ਪਰਮਾਤਮਾ ਇਸ ਤਰ੍ਹਾਂ ਖੁਸ਼ੀਆਂ ਦਿੰਦਾ ਰਹੇ। ਸਾਡੇ ਵਾਸਤੇ ਲੋਕਾਂ ਨੂੰ ਇਹੀ ਸੰਦੇਸ਼ ਹੈ ਬਈ ਮਠਿਆਈ ਦਿਲ ਖੋਲ੍ਹ ਕੇ ਖਾਓ, ਕਿਸੇ ਕਿਸਮ ਦੀ ਘਬਰਾਉਣ ਦੀ ਲੋੜ ਨਹੀਂ। ਬਹੁਤ ਵਧੀਆ ਤਰੀਕੇ ਨਾਲ ਮਠਿਆਈਆਂ ਅੱਛੇ ਤਰੀਕੇ ਨਾਲ ਬਣਾ ਕੇ ਗਾਹਕਾਂ ਵਾਸਤੇ ਗਾਹਕਾਂ ਦੀ ਸਿਹਤ ਨਾਲ ਧਿਆਨ ਰੱਖਿਆ ਜਾਂਦਾ ਔਰ ਆਪਣੀ ਸਾਰੀ ਜਿੰਨੀ ਵੀ ਹੈ ਸਾਡੀ ਪੰਜਾਬ ਦੀ ਲੋਕੈਲਿਟੀ ਹੈ ਸਾਰੀ ਉਹਨਾਂ ਨੂੰ ਦਿਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ। ਦਿਵਾਲੀ ਦੇ ਸ਼ੁਭ ਅਵਸਰ 'ਤੇ ਬਹੁਤ ਬਹੁਤ ਵਧਾਈ ਦਿੰਦਾ ਹਾਂ। ਮੈਂ ਆਪਣੇ ਗੁੱਜਰ ਸਮਾਜ ਨੂੰ, ਲੁਧਿਆਣਾ, ਪੰਜਾਬ ਦੇ ਦਿਵਾਲੀ ਦੇ ਮੌਕੇ 'ਤੇ ਬਹੁਤ ਬਹੁਤ ਵਧਾਈ ਦਿੰਦਾ ਕਿ ਸਾਡੀ ਕੋਸ਼ਿਸ਼ ਹੁੰਦੀ ਹੈ ਹਮੇਸ਼ਾ ਹੀ ਅਸੀਂ ਆਪਣੇ ਕਸਟਮਰ ਨੂੰ ਬਹੁਤ ਵਧੀਆ ਵਧੀਆ ਚੀਜ਼ ਪੇਸ਼ ਕਰ ਸਕੀਏ, ਜਿਹੜੀ ਚੀਜ਼ ਵਧੀਆ ਦੇ ਸਕੀਏ, ਜਿਹਦੇ ਨਾਲ ਸਿਹਤ 'ਤੇ ਕੋਈ ਨੁਕਸਾਨ ਨਾ ਹੋਵੇ। ਵਧੀਆ ਕਲਰ ਵਰਤਦੇ ਹਾਂ, ਵਧੀਆ ਚੀਨੀ ਵਰਤਦੇ ਹਾਂ, ਘੀ ਵੀ ਵਧੀਆ ਵਰਤਦੇ ਹਾਂ। ਮੈਂ ਪਲਵਿੰਦਰ ਸਿੰਘ ਲੱਕੀ, ਮੀਤ ਪ੍ਰਧਾਨ, ਪੰਜਾਬ ਬੇਕਰੀ ਐਸੋਸੀਏਸ਼ਨ ਅਤੇ ਮੈਂਬਰ ਯੂਥ ਅਕਾਲੀ ਦਲ, ਪੂਰੇ ਲੁਧਿਆਣਾ ਵਾਸੀਆਂ ਨੂੰ ਦਿਵਾਲੀ ਦੀ ਲੱਖ ਲੱਖ ਵਧਾਈ ਦਿੰਦਾ। ਇਹ ਆਸ ਕਰਦਾ ਕਿ ਛੋਟੇ ਬੱਚੇ ਪਟਾਕੇ ਧਿਆਨ ਨਾਲ ਚਲਾਉਣ ਅਤੇ ਦਿਵਾਲੀ ਸਾਰੇ ਲੁਧਿਆਣੇ ਵਾਸੀਆਂ ਲਈ ਖੁਸ਼ੀਆਂ ਬਹੁਤ ਬਹੁਤ ਵਧਾਈਆਂ ਹੋਣ, ਸਾਰਿਆਂ ਨੂੰ ਢੇਰ ਸਾਰੀ ਖੁਸ਼ੀਆਂ ਮਿਲੇ ਅਤੇ ਉੱਨਤੀ ਮਿਲੇ। ਇਹ ਆਪਣੇ ਸਰ ਕਿੰਨੇ ਸਾਲਾਂ ਤੋਂ ਤੁਸੀਂ ਇਹ ਆਪਣਾ ਕਰ ਰਹੇ ਹੋ? ਪਿਛਲੇ 20 ਸਾਲਾਂ ਤੋਂ ਇਸ ਕੰਮ 'ਚ ਲੱਗੇ ਹੋਏ ਹਾਂ ਜੀ, ਮਠਿਆਈ ਦੇ ਕੰਮ 'ਚ। ਅਤੇ ਇਸ ਤੋਂ ਇਲਾਵਾ ਤੁਹਾਡੀ ਕਿਹੜੀ ਕਿਹੜੀ ਜਗ੍ਹਾ 'ਤੇ ਹੋਰ ਕੋਈ ਬ੍ਰਾਂਚ ਆਪਣੀ? ਸਾਡੀ ਫਿਲਹਾਲ ਇੱਥੇ ਹੀ ਬ੍ਰਾਂਚ ਹੈ, ਬਾਕੀ ਇੱਕ ਅੰਮ੍ਰਿਤਸਰ ਬ੍ਰਾਂਚ ਹੈ ਲੇਕਿਨ ਉਹ ਦੂਸਰੇ ਨਾਮ ਤੋਂ ਚੱਲਦੀ ਹੈ, ਉਹ ਘਨੱਈਆ ਸਵੀਟ ਦੇ ਨਾਮ ਤੋਂ ਚੱਲਦੀ। ਕਿੱਦਾਂ ਪਿਛਲੇ ਸਾਲ ਦੇ ਨਾਲ ਜਿੱਦਾਂ ਹੁਣ ਮਹਿੰਗਾਈ ਦਾ ਸਮਾਂ ਆ ਗਿਆ ਬਹੁਤ ਜ਼ਿਆਦਾ, ਅਤੇ ਕਿੱਦਾਂ ਕਸਟਮਰ ਕਿੱਦਾਂ ਆ ਰਹੇ ਤੁਹਾਡੇ ਕੋਲ? ਕਸਟਮਰ ਮਹਿੰਗਾਈ ਦੇ ਕਾਰਨ ਘਟਿਆ ਜੀ ਅੱਗੇ ਨਾਲੋਂ, ਲੇਕਿਨ ਜਿਹੜਾ ਦਿਵਾਲੀ ਦਾ ਇੱਕ ਸਾਰੇ ਸਾਲ 'ਚ ਇੱਕ ਤਿਉਹਾਰ ਆਉਂਦਾ ਉਹਦੇ 'ਤੇ ਲੋਕ ਥੋੜ੍ਹਾ ਬਹੁਤ ਖਰਚਣ ਦੀ ਕੋਸ਼ਿਸ਼ ਕਰਦੇ ਨੇ, ਜਿਨ੍ਹਾਂ ਦਾ ਜੋ ਆਪਣਾ ਹਿਸਾਬ ਕਿਤਾਬ ਹੋਵੇ, ਆਪਣੇ ਪਾਕਟ ਜੋ ਅਲਾਊਟ ਕਰਦੀ ਹੈ। ਔਰ ਸਾਡੀ ਇੱਥੇ ਦੀ ਜਨਤਾ ਨੂੰ ਕੀ ਸੰਦੇਸ਼ ਦੇਣਾ ਚਾਹੋਗੇ? ਆਪਣੇ ਨਹੀਂ, ਜਨਤਾ ਨੂੰ ਇਹੀ ਸੰਦੇਸ਼ ਦੇਣਾ ਚਾਹਾਂਗੇ ਕਿ ਫਲਨ ਵਧਣ, ਆਪਣੇ ਸ਼ਹਿਰ ਦੀ ਤਰੱਕੀ ਹੋਵੇ, ਨਾਲ ਜਨਤਾ ਦੀ ਤਰੱਕੀ ਹੋਵੇ, ਖੁਸ਼ ਰਹਿਣ। ਪ੍ਰਧਾਨ ਬੇਕਰੀ ਲੁਧਿਆਣਾ ਸਾਰੇ ਲੁਧਿਆਣੇ ਵਾਸੀਆਂ ਨੂੰ ਦਿਵਾਲੀ ਦੀ ਮੁਬਾਰਕਬਾਦ ਦਿੰਦਾ ਹੈਗਾ ਅਤੇ ਕੰਮਾਂ ਕਰਦੇ ਸਾਰੇ ਦੀ ਦਿਵਾਲੀ ਸ਼ੁਭ ਰਹੇ। ਪ੍ਰਧਾਨ ਜੀ, ਜਿੱਦਾਂ ਪਿਛਲੇ ਸਾਲ ਨਾਲ ਹੁਣ ਮਹਿੰਗਾਈ ਜਿਹੜਾ ਜ਼ਿਆਦਾ ਵੱਧ ਗਈ ਹੈ, ਅਤੇ ਕਿਸ ਤਰ੍ਹਾਂ ਬੇਕਰੀ ਵਾਲਿਆਂ ਦਾ ਕੰਮ ਕਿਸ ਤਰ੍ਹਾਂ ਇਸ ਵਾਰੀ ਚੱਲ ਰਿਹਾ? ਇਸ ਸਾਲ ਸਾਡਾ ਕੰਮ ਕਾਫੀ ਘੱਟ ਹੈਗਾ ਜੀ, ਮਹਿੰਗਾਈ ਕਰਕੇ ਵੀ ਮਟੀਰੀਅਲ ਵੀ ਸਾਰੇ ਮਹਿੰਗੇ ਆ, ਉਸ ਵਜ੍ਹਾ ਕਰਕੇ ਤੁਹਾਡਾ ਕਾਰੋਬਾਰ ਕਾਫੀ ਘੱਟ ਹੈਗਾ ਪਿਛਲੇ ਸਾਲ ਦੇ ਮੁਤਾਬਕ। ਔਰ ਆਪਣੀ ਐਸੋਸੀਏਸ਼ਨ ਵੱਲੋਂ ਜਨਤਾ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਤੁਸੀਂ? ਜਨਤਾ ਨੂੰ ਅਸੀਂ ਇਹੀ ਦਿਆਂਗੇ ਵੀ ਵਧੀਆ ਸਮਾਨ ਖਾਓ। ਗੁਪਤਾ ਜੀ, ਜਿਹੜਾ ਤੁਸੀਂ ਇਹ ਮਠਿਆਈ ਦਾ ਕੰਮ ਕਰ ਰਹੇ ਹੋ, ਕਿੰਨੇ ਵਰਸਾਂ ਤੋਂ ਕਰ ਰਹੇ ਹੋ? ਇਹ ਸਰ ਤਕਰੀਬਨ 1.5 ਸਾਲ ਤੋਂ ਉੱਪਰ ਆਪਣਾ ਕੰਮ ਕਰ ਰਹੇ ਹਾਂ ਅਸੀਂ। 1.5 ਸਾਲ ਤੋਂ ਇਹ ਕੌਣ ਚਲਾਉਂਦੇ ਸੀ ਜਦੋਂ ਸਟਾਰਟਿੰਗ ਦੇ? ਸਾਡੇ ਪੁਰਾਣੇ ਬਜ਼ੁਰਗ, ਸਾਡੇ ਬਜ਼ੁਰਗ ਕਰਦੇ ਸੀ, ਆਪਣੇ ਲਾਲਾ ਰਾਮ ਜੀ ਦਾ ਜੀ। ਇਸ ਸਾਲ ਨਾਲ ਜਿੱਦਾਂ ਹੁਣ ਅੱਜ ਕੱਲ੍ਹ ਤਾਂ ਮਹਿੰਗਾਈ ਦਾ ਬਹੁਤ ਜ਼ੋਰ ਹੈ, ਅਤੇ ਕਿਸ ਤਰ੍ਹਾਂ ਕਸਟਮਰ ਗਾਹਕ ਕਿੱਦਾਂ ਤੁਹਾਡੇ ਕੋਲ ਆ ਰਿਹਾ? ਕਾਫੀ ਫਰਕ ਪਿਆ ਮਹਿੰਗਾਈ ਦੇ ਜ਼ੋਰ, ਕਿਉਂਕਿ ਹਰ ਚੀਜ਼ ਮਹਿੰਗੀ ਹੈਗੀ ਹੈ, ਚੀਨੀ ਮਹਿੰਗੀ ਹੈ, ਦੁੱਧ ਮਹਿੰਗਾ ਹੈਗਾ, ਡੀਜ਼ਲ ਬੜਾ ਮਹਿੰਗਾ ਹੋ ਰਿਹਾ, ਰਾਮ ਮਟੀਰੀਅਲ ਬਹੁਤ ਮਹਿੰਗੀ ਹੋ ਗਈ। ਮਾਈ ਬਾਪ ਦੇ ਸ਼ੋਪ ਵੱਲੋਂ ਕੀ ਜਨਤਾ ਨੂੰ ਕੀ ਦਿਵਾਲੀ ਦੀਆਂ ਸ਼ੁਭਕਾਮਨਾ ਦੇਣਾ ਚਾਹੁੰਦੇ ਹੋ? ਬਹੁਤ ਬਹੁਤ ਆਪਣਾ ਮੁਬਾਰਕ ਜੀ ਉਹਨਾਂ ਦਿਵਾਲੀ ਦੀਆਂ।